ਯਾਰ ਜਾਣੇ ਆ ਮੁਲਕ ਦੇ ਹਾਲਾਤ ਦੇਖ ਯਾਰ, ਕਿਸਮੇ ਰੋਟੀ ਨੀ ਲੱਭਦੀ ਤਿੰਨ ਵਕਤ ਦੀ ਯਾਰ, ਬਹੁਤ ਔਖਾ ਹੋਇਆ ਇਸ ਮੁਲਕ ਦਾ। ਆਟੇ ਦਾ ਰੇਟ ਵੇਖ ਕੀ ਹੋਇਆ ਪਿਆ ਯਾਰ, ਯਾਰ ਦਾਲਾਂ ਘਿਓ ਚੀਨੀ ਯਕੀਨ ਮੰਨ ਉਤੋਂ ਖਾਣ ਨੂੰ ਕੁਛ ਨੀ ਤੇ ਉਤੋਂ ਕੰਮ ਨੀ ਲੱਭਦਾ ਯਾਰ, ਨੌਕਰੀ ਤੇ ਲੱਭਦੀ ਨੀ ਯਾਰ। ਵੇਖਣਾ ਹੁਣ ਇੱਥੇ ਕੁਛ ਲੱਭਦਾ ਨੀ ਖਾਣ ਨੂੰ, ਦਾਲਾਂ ਘਿਓ ਚੀਨੀ ਲੱਭਦੀ ਨੀ, ਲੋਕੀ ਨਸ਼ਾ ਕਰੀ ਜਾ ਰਹੇ ਆ ਯਾਰ, ਇੱਕ ਕੰਮ ਨੀ ਲੱਭਦਾ ਹੈਗਾ, ਇੰਨਾ ਪੜ੍ਹ ਲਿਖ ਕੇ ਵੀ ਯਕੀਨ ਮੰਨ ਕੋਈ ਫਾਇਦਾ ਨੀ। ਕਿੰਨਾ ਕੁ ਪੜ੍ਹ ਲਿਖ ਲਿਆ ਤੂੰ ਭਾਈ? ਐਮਏ ਕੀਤਾ ਮੈਂ। ਐਮਏ ਕੀਤਾ ਨਾ ਤੂੰ, ਕਿਹੜਾ ਬੀਏ ਕੀਤਾ ਵਾ ਭਾਈ? ਐਮਏ ਵੱਡਾ ਹੁੰਦਾ ਜੀ ਉਹ। ਐਮਏ ਵੱਡਾ ਕਿੱਥੋਂ ਆ ਗਿਆ ਯਾਰ? ਭਾਈ ਐਮਏ ਵੱਡਾ ਹੁੰਦਾ, ਬੀਏ ਛੋਟਾ ਹੁੰਦਾ ਜੀ ਉਹ। ਤੇ ਫਿਰ ਨੌਕਰੀ ਕਿਉਂ ਨੀ ਲੱਭਦੀ ਯਾਰ? ਬਸ ਦੇ ਲੈ ਤੇ ਕਦਰ ਹੀ ਕੋਈ ਨੀ ਪੜ੍ਹਾਈ ਦੀ। ਪੜ੍ਹਾਈ ਦੀ ਕਦਰ ਆ, ਤੇਰੀ ਕਦਰ ਕੋਈ ਨੀ ਬੇਟਾ। ਮੈਂ ਐਮਏ ਕੀਤਾ, ਤੂੰ ਵੀ ਤੇ ਕਾਲੇ ਇਲਮ ਦੇ ਵਿੱਚ ਐਮਫਿਲ ਕੀਤਾ ਹੀ ਆ। ਉਹ ਲੱਭ ਕੋਈ ਕਦਰ ਵਾਲਾ ਬੰਦਾ ਲੱਭ ਜਿਹੜੀ ਕਦਰ ਕਰੇ। ਜਾਣੇ ਆ ਮੇਰੀ ਸੁਣ ਲਾ ਗੱਲ ਯਾਰ, ਜਿਹੜਾ ਵੀ ਕੰਮ ਲੱਭਣਾ ਜਿਹੜਾ ਵੀ ਆਪਾਂ ਕਰ ਲੈਣਾ ਵਾ, ਯਕੀਨ ਮੰਨ ਇੰਨਾ ਤੰਗ ਆ ਗਿਆ ਯਾਰ, ਜੋ ਵੀ ਜਿਹੜਾ ਵੀ ਕੰਮ ਲੱਭਾ ਕਰ ਲੈਣਾ ਆਪਾਂ ਯਾਰ। ਬੰਦ ਆ ਹੈਂ? ਬੰਦ ਆ ਆਪਾਂ ਕਰ ਲੈਣਾ ਯਾਰ, ਰੋਟੀ ਤੇ ਲੱਭੂ ਕਿ ਨਹੀਂ? ਹਾਂ ਹਾਂ ਰੋਟੀ ਲੱਭੂ, ਰੋਟੀ ਲੱਭਣਾ ਚਾਹੀਦੀ ਆ। ਲੱਭੇਗੀ ਲੱਭੇਗੀ ਯਾਰ। ਬੋਸ ਦੇ ਕੁੱਤੇ ਤੇ ਗਏ ਆ ਗਵਾਚ, ਜੇ ਮੈਂ ਕੁੱਤੇ ਨਾ ਲੈ ਕੇ ਗਿਆ ਸਾਰ ਨੇ ਮੈਨੂੰ ਘਰੋਂ ਕੱਢ ਦੇਣਾ ਵਾ, ਨਾਲੇ ਨੌਕਰੀਓਂ ਕੱਢ ਦੇਣਾ, ਮੇਰਾ ਤੇ ਸਾਰਾ ਪੱਠਾ ਬਹਿ ਜਾਣਾ ਯਾਰ। ਯਾਰ ਆਹ ਦੋ ਬੰਦੇ ਬੈਠੇ ਤੇ ਇਹਨਾਂ ਕੋ ਚੱਲਦਾ ਵਾ, ਇਹਨਾਂ ਦੀਆਂ ਸ਼ਕਲਾਂ ਵੀ ਸੇਮ ਕੁੱਤੇ ਵਰਗੀਆਂ ਲੱਗਣਗੀਆਂ। ਕੀ ਚਾਹੀਦਾ ਬਈ? ਓਏ ਹੋਏ 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 ਹੋਏ, ਉਹੀ ਚਿਹਰੇ ਉਹੀ ਚਿਹਰੇ ਸੇਮ। ਮੈਂ ਕਿਹਾ 19-20 ਦਾ ਵੀ ਫਰਕ ਨਹੀਂ ਕਦਾ ਨਾ। ਹਾਂਜੀ ਪੂਰਾ ਫਿੱਟ, ਕਿਆ ਬਾਤ ਆ, ਤੁਹਾਨੂੰ ਨੌਕਰੀਆਂ ਚਾਹੀਦੀਆਂ? ਓਏ ਹੋਏ ਰੱਬ ਨੇ ਭੇਜਤਾ ਹੀ ਰਿਸ਼ਤਾ, ਰਿਸ਼ਤਾ ਹੀ ਭੇਜਿਆ ਰੱਬ ਨੇ ਹਨਾ ਮੌਤ ਦਾ। ਉਹ ਮੈਂ ਕਹਿ ਰਿਹਾ ਤੁਹਾਨੂੰ ਨੌਕਰੀਆਂ ਚਾਹੀਦੀਆਂ ਨਾ? ਹਾਂਜੀ ਤੁਹਾਨੂੰ ਨੌਕਰੀ ਮਿਲੇਗੀ। ਕਿੰਨਾ ਪੜਿਆ ਤੂੰ? ਕਿੰਨੀ ਤਨਖਾਹ ਚਾਹੀਦੀ? ਨਹੀਂ ਨਹੀਂ 50,000 ਮੂੰਹੋਂ ਗੱਲ ਕਰਨ ਦਿਆ ਵਾ, ਕੋਈ 1.5 ਲੱਖ ਦੇ ਮੰਗ। 1.5 ਲੱਖ ਰੁਪਿਆ? 1.5 ਲੱਖ ਰੁਪਿਆ ਤੁਹਾਨੂੰ 2 ਲੱਖ ਰੁਪਿਆ ਦਿੱਤਾ, 2 ਲੱਖ ਦੁੱਧ ਦੇ ਨਾਲ ਖੋਲੀ ਰਹੀ ਸੀ ਮੋਲ। ਹਾਂ ਕੱਪੜੇ ਵੀ ਬਾਹਰੋਂ ਬ੍ਰਾਂਡਡ, ਬਾਹਰ ਦੇ ਕੱਪੜੇ, ਪਰਫਿਊਮ ਬਾਹਰ ਦਾ, ਹਰ ਚੀਜ਼ ਤੁਹਾਨੂੰ ਬਾਹਰੋਂ ਆਣੀ ਆ। ਟੈਨਸ਼ਨ ਨਹੀਂ ਹੈ? ਕਰਨਾ ਕੀ ਆ? ਕਰਨਾ ਕੁਛ ਨੀ ਤੁਸੀਂ, ਕਰਨਾ ਵੀ ਕੁਛ ਨੀ, ਕੱਖ ਨੀ ਕਰਨਾ ਤੁਸੀਂ। ਅੱਛਾ ਮੇਰੇ ਮਾਲਕ ਨੂੰ ਨਾ, ਮੇਰਾ ਮਾਲਕ ਜਿਹੜਾ ਬਹੁਤ ਰਹਿਮ ਦਿਲ ਆ। ਅੱਛਾ ਅੱਛਾ, ਉਹ ਬਹੁਤ ਪਿਆਰ ਕਰਦਾ ਵਾ। ਉਹ ਗੇਟ ਤੇ ਨੌਕਰੀ ਮਿਲਣੀ ਓ? ਉਹ ਨਹੀਂ ਨਹੀਂ, ਗੇਟ ਤੇ ਬੰਦੇ ਖੜੇ ਆ, ਉਹ ਕਿਚਨ ਚ ਦੇਣੀ ਉਹਨਾਂ ਨੇ ਸ਼ੈਫ। ਉਹ ਕਿਚਨ ਚ ਵੀ ਨਹੀਂ, ਕਿਚਨ ਦੀ ਵੀ ਹੈ ਵਾ ਸ਼ੈਫ, ਸਫਾਈ ਵੀ ਨਹੀਂ ਕਰਨੀ। ਉਹ ਤੇ ਹੈਗੀਆਂ ਮੇਡ ਹੈਗੇ ਆ ਜਿਹੜੇ ਕੰਮ ਕਰਦੇ ਆ ਘਰਾਂ ਦਾ। ਡਰਾਈਵਰੀ? ਮੈਂ ਕਿਹਾ ਡਰਾਈਵਰੀ ਵੀ ਨਹੀਂ। ਮੈਨੂੰ ਬੜਾ ਕੀ ਲੱਗਦਾ, ਉਹ ਜਿਹੜਾ ਦਫ਼ਤਰ ਚ ਮਹਿਮਾਨ ਆਣੇ ਨਾ ਕੋਈ, ਉਹਨਾਂ ਨੂੰ ਚਾਹ ਪਾਣੀ ਦੇਣਾ? ਉਹ ਨਹੀਂ 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 ਨਹੀਂ, ਚਾਹ ਪਾਣੀ ਵੀ ਨਹੀਂ, ਕਰਨਾ ਹੀ ਕੁਛ ਨੀ ਉਹ ਤੇ ਭਾਈ, ਕਰਨਾ ਕੀ? ਮੈਂ ਕਿਹਾ ਸਰ ਤੁਹਾਨੂੰ ਦੱਸਾਂਗਾ, ਮੈਂ ਰਹਿਣਾ ਵੀ ਤੁਸੀਂ ਸਾਡੇ ਕੋਲ, ਖਾਣਾ ਵੀ ਸਾਡੇ ਕੋਲ, ਪੀਣਾ ਵੀ ਸਾਡੇ ਕੋਲ, ਠੀਕ ਆ, ਬਸ ਸਿਰਫ ਇੱਕ ਹੀ ਕੰਮ ਕਰਨਾ ਵਾ, ਸਿਰਫ ਤੁਸੀਂ ਘਰ ਦੇ ਵਿੱਚ ਰਹਿਣਾ ਵਾ। ਅੱਛਾ ਘਰ ਦੇ ਵਿੱਚ? ਸਿਰਫ ਘਰ ਚ ਰਹਿਣ ਦਾ ਸਾਨੂੰ 1.5 ਲੱਖ ਰੁਪਏ ਦੇ। 2 ਲੱਖ 2 ਲੱਖ 50,000 ਐਕਸਟਰਾ ਇਨਾਮ। ਉਹੀ ਚਿਹਰੇ, ਕਿਉਂਕਿ ਚਿਹਰੇ ਹੀ ਉਹ ਆ ਸੇਮ, 19-20 ਦਾ ਵੀ ਫਰਕ ਨਹੀਂ, ਇੱਕ ਹੁੰਦਾ ਨਾ ਕਿਸੇ ਚੀਜ਼ 19-20 ਦਾ ਫਰਕ ਹੋਵੇ, ਹੈ ਹੀ ਨਹੀਂ ਬਿਲਕੁਲ ਵੀ ਫਰਕ। ਮੈਂ ਗਿਆ ਕਿ ਤੁਹਾਡੇ ਦਿਨਾਂ ਚ ਅਮੀਰ ਹੋ ਜਾਣਾ ਤੁਸੀਂ, ਬੈਲਟਾਂ ਬਾਹਰੋਂ ਆਣੀਆਂ, ਚੈਨਾਂ ਬਾਹਰੋਂ ਆਣੀਆਂ, ਤੁਹਾਨੂੰ ਇਨਾਮ। ਇਹਦਾ ਕੀ ਮਤਲਬ ਜੀ, ਚੈਨਾਂ ਕਾਹਦੀ ਆਉਣੀਆਂ? ਚੈਨਾਂ ਗਲੇ 'ਚ ਨਹੀਂ, ਚੈਨ ਪਾਈ ਦੀ। ਹਾਂਜੀ ਉਹ ਗਲੇ ਵਾਲੀ ਚੈਨ। ਅੱਛਾ ਅੱਛਾ, ਆ ਗਿਆ ਤੁਹਾਨੂੰ ਗਿਫਟ, ਗੋਲਡ ਦੀਆਂ? ਹਾਂ ਗੋਲਡ ਦੀਆਂ। ਵਾਹ, ਮੈਂ ਕਹਾਂ ਨਾਲ ਬੋਲ ਆਣ ਵਾਲੀ, ਇੱਥੇ ਦੇਖੋ ਤੇ ਵੈਸੇ ਬੜੀ ਆਉਂਦੀ ਆ ਯਾਰ। ਕਿਆ ਮੈਂ ਕਹਾਂ ਬੋਲ ਜਿਹੜੀ ਇੱਥੇ ਲਾਈ ਦੀ, ਉਹ ਵੀ ਸ਼ੂਜ਼ ਪਾ ਲਓ,
ਸਪੈਸ਼ਲ ਬਣ ਕੇ। ਮੈਂ ਕਿਹਾ ਸਪੈਸ਼ਲ ਤੁਹਾਡੇ ਨਾਪ ਦੀ ਤਿਆਰ ਹੋਣੀ ਆ। ਠੀਕ ਆ, ਵਾਹ ਵਾਹ ਵਾਹ, ਕਿਆ ਬਾਤ ਆ ਯਾਰ। ਮੈਨੂੰ ਦੱਸੋ ਤੁਸੀਂ ਕਿਸ ਦਿਨ ਤੋਂ ਆ ਰਹੇ ਨੌਕਰੀ ਤੇ? ਤੁਸੀਂ ਸਿਰਫ ਜਦੋਂ ਸਾਹਿਬ ਨੇ ਆਣਾ ਵਾ। ਅੱਛਾ, ਦਰਵਾਜ਼ਾ ਖੋਲਣਾ? ਉਹ ਨਹੀਂ, ਉਹ ਵੀ ਹੈਗੇ ਆ, ਉਹ ਵੀ ਹੈਗੇ ਆ। ਸਾਹਿਬ ਜੀ ਦੀ ਇੰਜ ਕਰਕੇ ਗੱਡੀ ਆਈ, ਪਹਿਲਾਂ ਹੋਣੀ ਬੈਲ ਟਿਊ, ਤੁਹਾਡਾ ਕੰਮ ਤੁਸੀਂ ਦੌੜ ਲਾ ਦੇਣੀ ਹੈ। ਅਸੀਂ ਚੋਰ ਆ, ਦੌੜ ਲਾ ਦੇ? ਨਹੀਂ ਨਹੀਂ ਨਹੀਂ, ਤੁਹਾਡੀ ਡਿਊਟੀ ਆ। ਅੱਛਾ ਅੱਛਾ, ਇਹ ਡਿਊਟੀ ਆ ਕਿ ਦੌੜਨਾ ਵਾ? ਨਹੀਂ ਨਹੀਂ, ਦੌੜਨਾ ਨਹੀਂ ਆ। ਹਾਂਜੀ, ਜਦੋਂ ਸਾਹਿਬ ਦੀ ਗੱਡੀ ਇੰਜ ਕਰਕੇ ਗੇਟ ਚੋਂ ਐਂਟਰ ਹੋਣੀ ਆ। ਅੱਛਾ, ਸਿਰਫ ਤੁਸੀਂ ਭੱਜ ਕੇ ਆਉਣਾ ਵਾ ਤੇ ਆ ਕੇ ਇੰਜ ਕਰਕੇ ਛਾਲ ਮਾਰਨੀ ਆ। ਛਾਲ ਮਾਰ ਕੇ ਸਿਰਫ ਅਸੀਂ ਦੋਨਾਂ ਨੇ ਐਂ ਕਰਨਾ, ਵੋ ਵੋ। ਜਰਮਨ ਸ਼ੈਫਰਡ ਭਾਜੀ, ਕੁੱਤੇ ਚਾਹੀਦੇ ਜੀ ਦੋ। ਮੈਂ ਕਿਹਾ ਇਹਦੀ ਸ਼ਕਲ ਤੇ ਹੂ ਬਹੂ ਉਹਦੇ ਵਰਗੀ ਆ ਨਾ, ਤੇ ਤੁਹਾਡੀ ਭੌਂਕਣਾ ਵਾ ਤੁਸੀਂ, ਬਹੁ ਬਹੁ ਕਰਨਾ ਬਸ, ਸਾਹਿਬ ਨੇ ਤੁਹਾਨੂੰ ਗੋਦ ਚ ਚੁੱਕਣਾ, ਪਿਆਰ ਕਰਨਾ ਵਾ ਤੁਸੀਂ, ਉਹਦਾ ਫੇਰ ਆਪਣੇ ਘਰ ਚਲ ਜਾਣਾ। ਫੇਰ ਅੰਦਰ ਨਸ਼ਾ ਨੁਸ਼ਾ ਤੇ ਨਹੀਂ ਕੀਤਾ ਤੁਸੀਂ? ਨਸ਼ਾ ਨਹੀਂ ਕੀਤਾ ਭਾਜੀ, ਭਾਜੀ ਤੁਹਾਨੂੰ ਮੈਂ ਨੌਕਰੀ ਦੇ ਰਿਹਾ, ਤੁਸੀਂ ਪਰੇਸ਼ਾਨ ਨਹੀਂ? ਤੈਨੂੰ ਕੁੱਤਿਆਂ ਚ ਤਾਂ ਇਨਸਾਨਾਂ ਚ ਫਰਕ ਨਹੀਂ ਆਉਂਦਾ ਨਜ਼ਰ? ਨਹੀਂ ਆ ਰਿਹਾ ਮੈਨੂੰ ਬਿਲਕੁਲ ਹੀ। ਨਿਕਲ ਗਈ, 2 ਲੱਖ ਨੀ ਲੈਣਾ ਤੁਸੀਂ? ਭਾਈ ਨਹੀਂ ਚਾਹੀਦਾ, ਬਿਸਕਟ ਮਾਰੋ ਖਾਣੇ ਨੇ, ਬਿਸਕੁਟ ਨਹੀਂ ਸਾਨੂੰ ਨੀ ਚਾਹੀਦੇ, ਚੱਲ ਦੇ ਖਾਲੀ। ਮੈਂ ਕਿਹਾ ਭਾਜੀ ਬਿਸਕੁਟ, ਮੈਂ ਕਿਹਾ ਤੂੰ ਉਹਨਾਂ ਦਾ ਟੇਸਟ ਦੇਖੇ ਤੂੰ ਪਾਗਲ ਹੋ ਜਾਵੇਂ। ਓਏ ਯਾਰ ਤੂੰ ਮੈਨੂੰ ਵੈਸੇ ਹੀ ਪਾਗਲ ਲੱਗਣ ਨੇ। ਮੈਂ ਕਿਹਾ ਪਰਫਿਊਮ ਹਲਕਾ ਜਿਹਾ ਜਦੋਂ ਤੁਹਾਨੂੰ ਫੜਨਾ ਵਾ। ਅਜੇ ਕਿਹੜਾ ਪਾਗਲ ਖਾਨੇ ਕੋਲੇ ਆਇਆ ਤੂੰ? ਪਾਗਲ ਖਾਨੇ ਨੂੰ ਭਾਣ ਨੇ ਤੁਹਾਨੂੰ ਬਾਹਰ ਵੀ ਲੈ ਜਾਣਾ, ਗੋਰੀਆਂ ਮੇਮਾਂ ਨੇ ਤੁਹਾਨੂੰ ਚੁੱਕਣਾ, ਐਂ ਕਰਕੇ ਪਿਆਰ ਕਰਨਾ ਤੁਹਾਨੂੰ, ਉਹਨਾਂ ਨੇ ਐਂ ਕਰਕੇ ਫਰਿਸਬੀ ਸੁੱਟਣੀ ਆ। ਆ ਦੇਖੇ ਨਾ, ਲੈ ਕੇ ਆਣੀ ਤੁਸੀਂ ਫੜ ਕੇ ਫਰਿਸਬੀ। ਸਮਝਿਆ ਕੀ ਮਸਲਣ ਹੈ ਤੁਹਾਡੀਆਂ? ਜਰਮਨ ਸ਼ੈਫਰਡ ਤੇ ਗੁਲਟਰੀਆ, ਦੱਸੋ ਦੋਨੇ ਰਲਦੀਆਂ ਕਿ ਨਹੀਂ, ਦੱਸੋ ਮੈਨੂੰ। ਨਹੀਂ ਸਹੀ ਕਹਿ ਰਿਹਾ ਤੂੰ। ਨਹੀਂ ਨਹੀਂ, ਹਾਂ ਬੰਦਾ ਸੱਚਾ, ਨਹੀਂ ਸਹੀ ਕਹਿ ਰਿਹਾ ਤੂੰ, ਬੰਦਾ ਸੱਚਾ ਵਾ, ਪਰ ਤੂੰ ਸਹੀ ਨਹੀਂ ਕਹਿ ਰਿਹਾ। ਚੱਲ ਮੇਰਾ ਵੀਰ ਭਾਵ, ਤੂੰ ਇੱਧਰ ਆ ਗਿਆ ਸੋਹਣੇ, 2 ਲੱਖ ਰੁਪਈਆ ਵੀ ਦੇ ਹੈ, ਬੜੀ ਤਨਖਾਹ ਹੁੰਦੀ ਆ ਯਾਰ, ਅਸੀਂ 2 ਲੱਖ ਨੂੰ ਅੱਗ ਲਾਨੇ ਇੱਧਰ ਆ ਕੇ। ਚੱਲ ਮੇਰਾ ਭਰਾ ਸੀ ਇੱਥੇ ਆਪਣੀ ਟੈਨਸ਼ਨ ਚ ਬੈਠਾ, ਤੂੰ ਆ ਕੇ ਨਵਾਂ ਉਹ ਭਾਈ, ਤੇਰੀ ਟੈਨਸ਼ਨ ਨਹੀਂ ਆ ਰਹੀ ਇੱਥੇ ਨਿਕਲ, ਤੁਹਾਡੀ ਟੈਨਸ਼ਨ ਰਿਲੀਜ਼ ਕੀਤੀ ਤੇ ਉਹ ਕੀ ਜਾਂਦਾ ਸਾਡੇ ਤੇ ਰਹਿਣ ਦੇ ਚਾਹੀਦਾ, ਤੁਹਾਨੂੰ ਕੋਈ 10 ਰੁਪਏ ਨਹੀਂ ਦੇਵਾ, ਤੁਹਾਨੂੰ 2 ਲੱਖ ਦੇ ਰਿਹਾ ਮੈਂ, ਤੁਹਾਨੂੰ ਰਹਿਣ ਦੇ ਟੈਨਸ਼ਨ ਜੀ ਨੂੰ। ਬਦਤਮੀਜ਼ੀ ਕਰਨ ਦਿਆਂ ਤੈਨੂੰ, ਮੈਂ ਕਹਿ ਰਿਹਾ ਤੂੰ ਬਦਤਮੀਜ਼ੀ ਕਰ ਰਿਹਾ ਵਾ ਤੂੰ ਭਾਈ ਯਾਰ, ਇਹਨੂੰ ਸਮਝਾ, ਤੂੰ ਤਾਂ ਮੈਨੂੰ ਸਮਝਦਾਰ ਲੱਗ, ਕੁੱਤਾ ਲੱਗਦਾ ਯਾਰ, ਕੁੱਤਾ ਕਿਹਨੂੰ ਕਹਿ ਰਿਹਾ ਤੂੰ? ਉਹ ਭਾਈ ਮੈਂ ਤੁਹਾਨੂੰ ਕਹਿ ਰਿਹਾ, ਬੰਦਾ ਪੁੱਛੇ, ਬੰਦਾ ਪੁੱਛੇ, ਕੁੱਤਾ ਵੀ ਸਮਝਦਾਰ ਹੋਇਆ ਕਦੀ? ਉਹ ਕੁੱਤਾ ਵੀ ਕਦੀ ਸਮਝਦਾਰ ਹੋਇਆ? ਨਹੀਂ, ਤੁਸੀਂ ਮੇਰੇ ਨਾਲ ਉਹਦੇ ਨਾਲ। ਓ ਯਾਰ ਮੈਂ ਉਹਦੇ ਨਾਲ ਨਹੀਂ ਗਾ, ਤੇਰੇ ਨਾਲ ਹੀ ਆ ਬਾਕੀ। ਮੈਨੂੰ ਕੀ, ਦੇਖ ਲਓ ਸੋਚ ਕੇ, ਮੇਰਾ ਨੰਬਰ ਲਿਖ ਲਓ, ਮੈਨੂੰ ਫੋਨ ਕਰ ਦੇਣਾ ਜੇ ਨੌਕਰੀ ਕਰਨੀ ਆ ਤੇ। ਯਾਰ ਨਹੀਂ, ਮੈਂ ਕੀ ਕਰਨੀ ਨਹੀਂ, ਚੱਲ ਯਾਰ। ਭਾਜੀ ਕਿਹੜੀ ਗੱਲ ਆ, ਤੁਸੀਂ 2 ਮਿੰਟ ਅਗਰ ਗੇਂਦ ਫਾੜ ਹੀ ਲਿਆਓਗੇ ਨਾਲ ਹੀ ਹੱਥ ਮਾਰ ਇਹਨਾਂ ਨੂੰ। ਕਿੰਨੇ ਗਿਆ ਨਾਲ ਹੀ ਹੱਥ ਮਾਰ? ਆ ਦੱਸਣ ਦਿਆ ਸੀ ਗੱਲ ਬੜਾ ਵੱਡਾ ਨੁਕਸਾਨ ਜੇ ਤੁਹਾਡਾ ਦੋਨਾਂ ਲਾ, ਤੂੰ ਗੈਰ ਮਾਰ ਦੇਣਾ ਸਾਡੇ। ਚੱਲ ਬਾਦਸ਼ਾਹ ਵਾਲੀ ਗੱਲ ਆ ਤੁਹਾਡੀ, ਤੂੰ ਆ ਗਿਆ ਪਤਾ ਨੀ, ਵੇਖ ਲੋ ਅਗਰ ਤੁਹਾਡਾ ਜ਼ੇਹਨ ਬੰਦ ਆ ਦੋਨਾਂ। ਯਾਰ ਚੱਲ, ਜ਼ੇਹਨ ਹੈ ਹੀ ਨੀ।
ਦੋਨਾਂ ਨੇ ਲੱਗਦਾ ਸ਼ੀਸ਼ਾ ਵੇਖੇ ਨੀ ਹੈਗਾ ਚੱਲ।